ਹੁੰਦੇ ਆ, ਜਦੋਂ ਉਹਨਾਂ ਦੇ ਵਿੱਚ ਜਾ ਕੇ ਬੈਠਦੇ ਨਾ ਫਿਰ ਤੁਸੀਂ ਮੰਗਦੇ ਹੋ, ਫਿਰ ਮੰਗਦੇ ਹੋ, ਫਿਰ ਰੰਗ ਚੜ੍ਹਦਾ। ਜਦੋਂ ਇਕੱਲੇ ਬੈਠੇ ਹੋਵੋਗੇ, ਇਕੱਲੇ ਰਹਿ ਜਾਓਗੇ ਤਾਂ ਪੁੱਜ ਜਾਓਗੇ। ਇਹ ਤਾਂ ਹੀ ਮਹੀਨੇ ਬਾਅਦ ਸੈਮੀਨਾਰ ਕਰੀਦਾ, ਇੱਥੇ ਕੀਤਾ ਸੀ ਐਤਕੀ, ਭਿੱਖੀ ਮਿੰਟ ਕੀਤਾ ਸੀ ਉਸ ਤੋਂ ਪਹਿਲਾਂ, ਹੁਣ ਐਤਕੀ ਮੱਧ ਪ੍ਰਦੇਸ਼ 'ਚ ਕਰਾਂਗੇ। ਇਹ ਤਾਂ ਹੀ ਸੈਮੀਨਾਰ ਕਰੀਦੇ ਨੇ ਵੀ ਸਾਰੇ ਇਕੱਠੇ ਹੋਵੋ, ਰਲ ਕੇ ਬੈਠੋ, ਮੱਧਦੇ ਰਹੋ। ਤੁਹਾਡਾ ਗਰੁੱਪ ਵੀ ਜੇ ਸੈਮੀਨਾਰ ਜਾਂਦਾ ਰਹੇਗਾ, ਮੀਟਿੰਗਾਂ ਜਾਂਦਾ ਰਹੇਗਾ, ਦੂਜੇ ਕੋਲਿਆਂ ਨਾਲ ਜੁੜਿਆ ਰਹੇਗਾ, ਮੰਗਦਾ ਰਹੇਗਾ। ਜਿਹੜਾ ਇਕੱਲਾ ਰਹਿ ਗਿਆ ਉਹ ਗਿਆ। ਇਸ ਕਰਕੇ ਇਕੱਲੇ ਨਹੀਂ ਰਹਿਣਾ ਕਦੀ ਵੀ, ਸੰਗਤ ਦੇ ਵਿੱਚ ਆਉਂਦੇ ਰਹਿਣਾ। ਤਾਂ ਹੀ ਸੰਗਤ ਦਾ ਮਹੱਤਵ ਹੈ। ਨੰਬਰ 11 ਕਮਿਊਨੀਕੇਸ਼ਨ, ਤਾਲਮੇਲ, ਆਪਣੇ ਗਰੁੱਪ ਦੇ ਨਾਲ ਤਾਲਮੇਲ ਬਣਾ ਕੇ ਰੱਖਣਾ। ਜਿਹੜੇ ਵੀ ਪਾਸੇ ਜਾਂਦੇ ਹੋ, ਗਏ ਭਾਵੇਂ ਕਿਸੇ ਹੋਰ ਕੰਮ ਨੂੰ, ਰਸਤੇ ਤੁਹਾਡਾ ਕੋਈ ਬੰਦਾ ਹੈਗਾ, ਬ੍ਰੇਕ ਮਾਰ ਲਓ, ਉਹਨੂੰ ਮਿਲ ਕੇ ਜਾਓ, ਹਾਏ ਹੈਲੋ ਕਰਕੇ ਜਾਓ, ਉਹਨੂੰ ਦੱਸ ਕੇ ਜਾਓ ਡ੍ਰੀਮ ਫਿਲਮ ਦੀ ਨਵੀਂ ਸਕੀਮ ਆ ਗਈ ਆ, ਹੋਲੀ ਸਕੀਮ ਆਈ ਆ, ਹਜ਼ਾਰ ਰੁਪਏ ਨਾਲ 13 ਸਫ਼ਰ ਫ੍ਰੀ ਆ। ਦੱਸੋ, ਤਾਲਮੇਲ ਬਣਾ ਕੇ ਰੱਖੋ। ਜਦੋਂ ਵੀ ਟਾਈਮ ਲੱਗਦਾ ਫੋਨ ਫੜੋ, ਜਦੋਂ ਵਿਹਲੇ ਹੋਵੋ। ਮੈਂ ਵੀ ਜਦੋਂ ਵਿਹਲਾ ਹੋਵਾਂ ਨਾ, ਮੈਂ ਨਾਲ ਹੀ ਫੋਨ ਫੜ ਲੈਂਦਾ। ਹਾਂਜੀ ਜਗਤਾਰ ਜੀ, ਹਾਂਜੀ ਸਿਮਰਨ ਜੀ, ਕਿੱਥੇ ਹੋ ਅੱਜ? ਮੈਂ ਫੋਨ ਮਾਰਨੇ ਸ਼ੁਰੂ ਕਰ ਦਿੰਦਾ। ਮੈਨੂੰ ਪਤਾ ਤਾਲਮੇਲ ਬੜਾ ਜ਼ਰੂਰੀ ਆ, ਤੁਹਾਡਾ ਆਪਣੇ ਗਰੁੱਪ ਨਾਲ ਤਾਲਮੇਲ ਬਣਿਆ ਹੋਣਾ ਚਾਹੀਦਾ। ਇੱਕ ਲੜਕਾ ਨਾ, ਪੁਰਾਣੇ ਸਮੇਂ ਦੀ ਗੱਲ ਹੈ, ਰੋਜ਼ ਹੀ ਆਪਣੀ ਮੰਗੇਤਰ ਨੂੰ ਮੰਗਣੀ ਹੋਈ ਸੀ ਮੁੰਡੇ ਦੀ, ਖੱਤ ਲਿਖਦਾ ਹੁੰਦਾ ਸੀ ਰੋਜ਼ ਹੀ, ਉਹਨੇ ਖੱਤ ਕਰਨਾ। ਉਦੋਂ ਫੋਨ ਨਹੀਂ ਸੀ ਹੁੰਦੇ, ਅੱਜ ਤਾਂ ਉਹਨੇ ਕੱਢਿਆ ਫੋਨ ਤੇ ਲਾ ਲਿਆ ਨਾ, 3-3 ਘੰਟੇ ਫੋਨ ਤੇ ਲੱਗੇ ਰਹਿੰਦੇ ਆ। ਉਦੋਂ ਫੋਨ ਨਹੀਂ ਸੀ ਹੁੰਦੇ, ਉਹ ਰੋਜ਼ ਖੱਤ ਲਿਖਦਾ ਹੁੰਦਾ ਸੀ। ਹੁਣ ਉਹ ਰੋਜ਼ ਖੱਤ ਲਿਖਦਾ ਸੀ ਤੇ ਡਾਕੀਆ ਖੱਤ ਫੜਾਉਣ, ਵਿਆਹ ਪਤਾ ਕਿਹਦੇ ਨਾਲ ਹੋਇਆ? ਡਾਕੀ ਨਾਲ ਵਿਆਹ ਹੋ ਗਿਆ, ਕਿਉਂਕਿ ਉਹ ਰੋਜ਼ ਹੀ ਖੱਤ ਫੜਾਉਣ ਜਾਂਦਾ ਸੀ, ਤਾਲਮੇਲ ਉੱਧਰ ਬਣ ਗਿਆ। ਉਹ ਤੇ ਖੱਤ ਲਿਖਦਾ ਸੀ ਵਿਚਾਰਾ, ਉਹ ਫੜਾਉਣ ਜਾਂਦਾ ਸੀ। ਦੇਖੋ, ਤੁਹਾਡਾ ਜਿਹੜਾ ਤਾਲਮੇਲ ਆ ਆਪਣੇ ਗਰੁੱਪ ਨਾਲ ਬਣਿਆ ਹੋਣਾ ਚਾਹੀਦਾ। ਜੇ ਤੁਹਾਡਾ ਤਾਲਮੇਲ ਨਹੀਂ ਹੋਏਗਾ ਤਾਂ ਡਾਕੀਆ ਲੈ ਜਾਏਗਾ ਉਹਨਾਂ ਨੂੰ, ਕੋਈ ਹੋਰ ਪਹੁੰਚੇਗਾ ਉੱਥੇ, ਕੋਈ ਦੂਜੀ ਕੰਪਨੀ ਵਾਲਾ ਪਹੁੰਚੇਗਾ, ਉਹ ਤਾਲਮੇਲ ਬਣਾ ਲਏਗਾ। ਮਿਹਨਤ ਤੁਸੀਂ ਕਰਦੇ ਰਹੇ, ਬੰਦੇ ਨੂੰ ਟ੍ਰੇਨਿੰਗਾਂ ਦਿੰਦੇ ਰਹੇ, ਅਤੇ ਤਾਲਮੇਲ ਕੋਈ ਦੂਜਾ ਬਣਾ ਗਿਆ ਤਾਂ ਲੈ ਕੇ ਗਾਂਹ ਹੋਏਗਾ। ਇਸ ਕਰਕੇ ਤਾਲਮੇਲ ਬਣਾ ਕੇ ਰੱਖੋ, ਫੋਨ ਮਾਰਦੇ ਰਹੋ, ਮਿਲਦੇ ਖਿਲਦੇ ਰਹੋ, ਤਾਂ ਕਿ ਤੁਹਾਡੇ ਬੰਦੇ ਤੁਹਾਡੇ ਨਾਲ ਬੱਝੇ ਰਹਿਣ। ਅਤੇ ਇੱਕ ਵਾਰੀ ਜਦੋਂ ਕਾਮਯਾਬ ਹੋ ਗਏ, 50-60 ਹਜ਼ਾਰ ਰੁਪਈਆ ਵੀ ਮਹੀਨਾ ਆਉਣਾ ਸ਼ੁਰੂ ਹੋ ਗਿਆ, ਤਾਂ ਫਿਰ ਨਹੀਂ ਕਿਤੇ ਜਾਂਦੇ, ਫਿਰ ਸਮਝ ਲੱਗ ਜਾਏਗੀ ਉਹਨਾਂ। ਠੀਕ ਹੈ, ਜਦੋਂ ਫਸਲ ਕੱਚੀ ਹੁੰਦੀ ਨਾ ਤਾਂ ਵਾੜ ਲਾਉਣੀ ਪੈਂਦੀ ਹੈ, ਜਦੋਂ ਪੱਕ ਜਾਂਦੀ ਹੈ ਨਾ ਫਿਰ ਨਹੀਂ ਕੋਈ ਪਰਵਾਹ ਹੁੰਦੀ। ਠੀਕ ਹੈ, ਸ਼ੁਰੂ 'ਚ ਵਾੜ ਲਾ ਕੇ ਰੱਖੋ, ਤਾਲਮੇਲ ਬਣਾ ਕੇ ਰੱਖੋ।